सजियों एक वो अंकार सतनाम करता पुरख निरभाव निर्वैर अकाल मूर्त अजूनी सह पंगुर प्रसाद जप आद सच जुगाद सच है भी सच नानक होसी भी सच नानक गुरु गोबिंद सिंह पूर्ण हर अवतार जगमग ज्योत विराज ही श्री गुरु ग्रंथ मजार पूर्ण देखियो आत्मा द्वैत सर्व निवार पै शांत मन संत जेहित पद नमो हमार मुख उचरै शास्त्र खट पिंग गिरन चढ़ जाय अंध लखै बदरो सुने जो काल कृपा कराय कहां बुद्ध प्रभु तुच्छ हमारी मरण सकै महिमा जो तिहारी हम ना सकत कर सिफत तुम्हारी आप लिहो तुम कथा सुधारी सो कहो टल गुर सेवी अहनिस सहज सुभाय दर्शन परसे गुरु के जन्म मरण दुख जाय दर्शन परसे गुरु के जन्म मरण दुख जाय वाहिगुरु साहिब जी श्लोक महला चौथा हर प्रभ का सब खेत है हर आप किरसानी लाया गुरमुख बख्श जमाई अन मन मुखी मूल गवाया हर प्रभ का सब खेत है हर आप किरसानी लाया गुरमुख बख्श जमाई अन मन मुखी मूल गवाया सब को बीजे अपने भले नो हर भावै सो खेत जमाया गुर सिखी हर अमृत बीजया हर अमृत नाम फल अमृत पाया जम चूहा किरस नित कुरकदा हर करतै मार कढाया किरसाणी जमी भाओ कर हर गोहल बख्श जमाया तिनका काड़ा अंदीसा सब लाहे ओन जिन सतगुर पुरख त्याया जन नानक नाम आराध्या आप तरिया सब जगत तराया महला चौथा सारा दिन लाल चैटिया मनमुख हो रे गला राती उगे दबिया नवे सोत सब ढिला मनमुखा दे सिर जोरा अमर है नित देवे भला जोरा दा आखिया पुरख कमाव दी सी अपवित अमेद खला काम व्यापी कसुद नर से जोरा पुछ चला सतगुर कै आखे जो चले सो सत पुरख पल भला जोरा पुरख सब आप पाए अन हर खेल सब खिला सब तेरी बणत बनावनी नानक पल भला पौड़ी तू बेपरवाह हो अथाहो है अतुल क्यों तुलिया से बड़ भागी जे तुद त्याए दी जिन सतगुर मिलिए सतगुर की बाणी सत स्वरूप है गुरबाणी बनिए सतगुर की रीस होर कच पिच बोल दे से कूड़ियार कूड़े चढ़ पड़िए ओना अंदर होर मुख होर है बिख माया नो चख मर दे कड़िए सतगुर की रीस होर कच बिच बोल दे से कूड़े आर कूड़े चढ़ पड़िए ओना अंदर होर मुख होर है बिख माया नो चख मर दे कड़िए श्लोक महला चौथा हर प्रभ का सब खेत है वाहिगुरु जी का खालसा वाहिगुरु जी की फतेह परम सत्कार योग गुरु साहब जी दी सा जिंदवाजी
ਕਰੂਸਰੋ ਗੁਰੂ ਖਾਲਸਾ ਸਾਸਨ ਜੀਓ ਸ਼ਾਮਾਂ ਦੇ ਭਗਤਾਂ ਦੀ ਗਾਨ ਸਜਿਆ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਬੜਾ ਸੁੰਦਰ ਕੀਰਤਨ ਸਰਵਣ ਕੀਤਾ ਹੈ। ਕਥਾ ਤੋਂ ਬਾਅਦ ਫਿਰ ਮਨੋਹਰ ਕੀਰਤਨ ਆਪ ਜੀ ਨੇ ਸਰਵਣ ਕਰਨਾ ਹੈ। ਆਓ ਜੋ ਕਥਾ ਵਾਸਤੇ ਸਮਾਂ ਅਨਾਉਂਸ ਹੋਇਆ ਹੈ। ਗੌੜੀ ਰਾਗ ਦੀ ਇਹ ਬਾਰ ਹੈ ਚੌਥੇ ਪਾਤਸ਼ਾਹ ਦੀ। ਬਾਰ ਦਾ ਅਰਥ ਪੌੜੀਆਂ ਹੁੰਦਾ ਹੈ। ਇਸ ਬਾਰ ਦੇ ਪੌੜੀਆਂ ਸਾਰੀਆਂ ਗੁਰੂ ਰਾਮਦਾਸ ਮਹਾਰਾਜ ਦੀ। ਬਹੁਤੇ ਤਰਵ ਮਹੱਲੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਨੇ। ਜਿੱਥੇ ਗੁਰੂ ਅਰਜਨ ਦੇਵ ਜੀ ਦਾ ਮਹੱਲਾ ਆਏਗਾ ਉਹ ਪੌੜੀ ਦੇ ਨਾਲ, ਜੇ ਪੌੜੀ ਆਏਗੀ ਗੁਰੂ ਅਰਜਨ ਦੇਵ ਜੀ ਦੇ ਨਾਲ ਅੰਕ ਪਾਇਆ ਹੋਊਗਾ, ਉਹਦਾ ਮਤਲਬ ਇਹ ਹੁੰਦਾ ਪੰਜਵੇਂ ਪਾਤਸ਼ਾਹ ਦੀ ਪੌੜੀ ਹੈ। ਉਹ ਨਾਲ ਨਾਲ ਅੱਗੇ ਜਿੱਥੇ ਪੌੜੀ ਆਊਗੀ ਦੱਸੀ ਜਾਏਗੀ। ਇਹ ਬਾਰ ਦਾ ਮਹਾਤਮ ਜਿਹੜਾ ਹੈ ਕਿ ਕਿਸੇ ਕੋਲੋਂ ਬ੍ਰਹਮ ਗਿਆਨੀ ਸੁੱਤ ਪੁਰਸ਼ਾਂ ਦੀ ਨਿੰਦਿਆ ਹੋ ਗਈ ਹੋਵੇ, ਉਹਦੇ ਮਨ 'ਚ ਪਛਤਾ ਹੋਵੇ ਵੀ ਮੈਂ ਬਹੁਤ ਗਲਤ ਕੀਤਾ, ਇਹ ਨਿੰਦਿਆ ਦਾ ਭਾਰ ਉਹਦੇ ਮਨ 'ਤੇ ਹੋਵੇ, ਤਾਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਗੌੜੀ ਦੀ ਬਾਰ ਜਿਹੜੀ ਹੈ, ਇਹਦਾ ਪਾਠ, ਇਹਦੀ ਕਥਾ ਜਿਹੜੀ ਹੈ, ਇਹ ਪ੍ਰਾਸ਼ਚਿਤ ਕਰਮ ਰੂਪ ਵੀ ਹੈ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹੈ ਅਤੇ ਗੌੜੀ ਦੀ ਵਾਰ ਹੈ ਚੌਥੇ ਪਾਤਸ਼ਾਹ ਦੀ, ਇਹਦੇ 'ਚ ਖੇਤੀ ਦਾ ਅਲੰਕਾਰ ਹੈ ਅਤੇ ਰੂਪਕ ਅਲੰਕਾਰ ਨੇ ਗੁਰਬਾਣੀ 'ਚ ਬਹੁਤੇ ਜ਼ਿਆਦੇ। ਇਹ ਖੇਤੀ ਦੇ ਪ੍ਰਮਾਣ ਦੇ ਨਾਲ ਮਹਾਰਾਜ ਸਮਝਾਉਂਦੇ ਆ, ਸੁਣੋ ਜੀ। ਹਰ ਪ੍ਰਭ ਕਾ ਸਭ ਖੇਤ ਹੈ। ਸਭ ਤੋਂ ਅਰਥ ਹੈ ਸਮੂਹ ਸਾਰਾ, ਇਹ ਜਿੰਨਾ ਵੀ ਸੰਸਾਰ ਹੈ ਨਾ, ਇਹ ਮੇਰੇ ਵਾਹਿਗੁਰੂ ਦੀ ਖੇਤੀ ਹੈ, ਇਹ ਸਾਰਾ ਖੇਤ ਹੈ। ਖੇਤ ਤੋਂ ਭਾਵ ਕੀ ਹੈ? ਜ਼ਮੀਨ, ਭੋਏ, ਇਹ ਵਾਹਿਗੁਰੂ ਦੇ ਆਪਣੀ ਖੇਤੀ ਕਰਨ ਦਾ ਢੰਗ ਤਰੀਕਾ ਹੈ। ਇਹ ਖੇਤੀ ਕਰ ਰਿਹਾ ਵਾਹਿਗੁਰੂ, ਆਪ ਹੀ ਵੱਡਾ ਕਿਸਾਨ ਹੈ, ਜਿਵੇਂ ਸ੍ਰੀ ਰਾਗ ਬਚਨ ਆਉਂਦੇ ਨੇ। ਤੋਂ ਐਸਾ ਜੋ ਵਾਹਿਗੁਰੂ ਹੈ, ਇਹ ਖੇਤੀ ਸਾਰਾ ਸੰਸਾਰ ਉਹਦੀ ਖੇਤੀ ਹੈ, ਜ਼ਮੀਨ ਹੈ। ਇਹਦੇ 'ਚ ਮਹਾਰਾਜ ਸਾਹਿਬ ਨੇ ਹਰ ਆਪ ਕਿਰਸਾਣੀ ਲਾਇਆ, ਹਰੀ ਪਰਮੇਸ਼ੁਰ ਵਾਹਿਗੁਰੂ ਨੇ ਆਪ ਜੀਵਾਂ ਨੂੰ ਕਿਰਸਾਣੀ ਖੇਤੀ ਕਰਨ ਲਾਇਆ ਹੈ। ਕੀ ਖੇਤੀ ਕਰਨ ਲਾਇਆ? ਕਿ ਕਰਮ ਭੂਮ ਹੈ ਵੋ ਵੋ ਨਾਮ, ਇਹ ਕਰਮਾਂ ਦੀ ਖੇਤੀ ਹੈ। ਜੇ ਵੇਹ ਕਰਮ ਕਮਾਉਂਦੇ ਤੇ ਵੇਹੋ ਫਲਤੇ, ਕਿਉਂਕਿ ਜੋ ਬੀਜਿਆ ਜਾਏਗਾ ਉਹੀ ਉਗੇਗਾ। ਇਹਨੂੰ ਕਿਹਾ ਹੈ ਕਰਮਾਂ ਸੰਦੜਾ ਖੇਤ, ਜਿਹਾ ਬੀਜਿਆ ਸੋਲਣ ਕਰਮਾਂ ਸੰਦੜਾ ਖੇਤ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਵੀ ਇਹ ਜਿਹੜੀ ਖੇਤੀ ਹੈ, ਵਾਹਿਗੁਰੂ ਮਾਲਕ ਹੈ ਸਾਰੇ ਸੰਸਾਰ ਦਾ, ਜ਼ਮੀਨ ਤਾਂ ਉਸੇ ਦੀ ਹੈ, ਪਰ ਜਿਵੇਂ ਕਿਸਾਨ ਨੇ ਕਾਮੇ ਰੱਖੇ ਹੁੰਦੇ ਨੇ ਉਹਨਾਂ ਨੂੰ ਕੰਮ ਦਿੰਦਾ, ਅਤੇ ਮਹਾਰਾਜ ਸਾਹਿਬ ਜੀ ਨੇ ਇਹ ਆਪਣੀ ਜ਼ਮੀਨ ਦੇ ਵਿੱਚ ਜੀਵਾਂ ਨੂੰ ਕਰਮ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਹ ਕਿਰਸਾਣੀ ਦੇ ਰੂਪ ਦੇ ਵਿੱਚ ਵੀ ਤੁਸੀਂ ਕਿਰਸਾਨ ਬਣ ਕੇ ਕਰਮਾਂ ਦਾ ਖੇਤ ਬੀਜ ਲਓ। ਇਹ ਮਹਾਰਾਜ ਸਾਹਿਬ ਜੀ ਨੇ ਕਿਹਾ ਆਪ ਕਿਰਸਾਣੀ ਜਿਹੜੀ ਖੇਤੀ ਕਰਨ ਜੀਵਾਂ ਨੂੰ ਲਾਇਆ ਕਿ ਜਿਹੋ ਜਿਹੇ ਕਰਮ ਕਰੋਗੇ ਉਹਦਾ ਫਿਰ ਫਲ ਮੈਂ ਦੇਊਂਗਾ, ਅਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ। ਹਾਂਜੀ, ਗੁਰਮੁਖ ਬਖਸ਼ ਜਮਾਈ ਹਨ, ਪਰ ਜਿਹੜੇ ਗੁਰਮੁਖ ਨੇ ਉਹ ਮੁਖੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨੇ ਕੀ ਕੀਤਾ ਹੈ, ਸਰਵਣ ਜਿਹੜਾ ਕਰਨਾ ਹੈ, ਪਰਮੇਸ਼ੁਰ ਦਾ ਨਾਮ, ਪਰਮੇਸ਼ੁਰ ਦੀ ਕਥਾ, ਇਹ ਸਰਵਣ ਜਿਹੜਾ ਸਾਧਨ ਹੈ ਇਹ ਹੈ ਬੀਜਣ ਦੀ ਨਿਆਂ, ਅਤੇ ਸਰਵਣ ਕਰਨ ਤੋਂ ਬਾਅਦ ਜਿਹੜਾ ਮੰਨਣ ਕਰਨਾ ਹੈ। ਜਪਜੀ ਸਾਹਿਬ ਦਾ ਪਾਠ ਆਪ ਜੀ ਕਰਦੇ ਹੋ, ਉਹਦੇ ਚਾਰ ਪੌੜੀਆਂ ਸਰਵਣ ਦੀਆਂ ਆਉਣਗੀਆਂ। ਪਹਿਲਾਂ ਸੁਣਿਆ ਸਿੱਧ ਪੀਰ ਸਰਨਾਥ ਤੋਂ ਸ਼ੁਰੂ ਹੋ ਕੇ ਉਸ ਤੋਂ ਨਾਲ ਲੱਗਦੀਆਂ ਚਾਰ ਪੌੜੀਆਂ ਫਿਰ ਆਉਣਗੀਆਂ, ਉਹ ਮੰਨਣ ਦੀਆਂ ਆਉਣਗੀਆਂ, ਕਿਉਂਕਿ ਸਰਵਣ ਤੋਂ ਬਾਅਦ ਮੰਨਣ ਦਾ ਜਿਹੜਾ ਹੈ ਇਹ ਸ਼ਾਸਤਰ ਦੀ ਰੀਤ ਦੇ ਅਨੁਸਾਰ ਵੀ ਇਹ
सरवण मनन फिर निध्यासन उदों बाद तत् तो ही पद का संशोधन है। ते चार पौड़ियां सरवण दियां ते चार मनन दियां, इस तो अगे चार पौड़ियां जिहड़ियां असंख जाप असंख मूरखंद कौर असंख नाव ये जिहड़ियां ते पंच प्रवान की अखीरली तुक चार वारी फिर महाराज साहब ने तू सदा सलामत निरंकार तू सदा सलामत निरंकार तू सदा सलामत निरंकार तू सदा सलामत निरंकार ये महाराज साहब ने महावाक रखिया जो वेद के महावाक का सिद्धांत है वह महाराज साहब ने सौखे तरीके नाल ते इत्थे तत्पद ईस जीव त्वयपद अस्पद ब्रह्म कहावै माया के जे भीत भेद तीन है एक है वेद बतावै। इस प्रकार महाराज साहब जी ने भी साधन रखे है सरवण करना यह खेती का बीजना होया मनन करना यह खेती का पुंगरना है खेती का जमना है। बोले जी दुआरे गुरमुख बक्स जमाईन ते इयों गुरमुखा ने जड़ी मनन कीता ता ये खेत समझ लो भी जड़ा अंतरी खेत सी जमा लिया है ते उन्होंने सरवण कर लिया परमेश्वर दा नाम मनन कर लिया मन्ने की गत कही ना जाए सरवण मनन निध्यासन तत् तुम पादा संशोधन ये जड़े चार साधन है उन्हां विच एक खेती दे उत्ते दो इत्थे जदों कर ले हन पर दूसरे पासे मनमुखी मूल गवाया ए तो उल्ट जिहड़े मनमुख ने उन्हां ने मूल जिवें किसे नूं व्यापार करन वास्ते पूंजी दित्ती है उहनूं मूल कहिंदे आ उही गवा के आ जाए ते उहदा सब कुछ गया ना उहदे नफा दा की खट्टा मूल भी गया मूल की है साडे कोल खेती करन वास्ते स्वास मनमुखा ने अपने स्वास जेडे ने कुछ गल्लां करन दे विच कुछ कारोबार दे विच ते कुछ विषय विकार भोगदिया होया निंदिया चुगली करदिया होया ऐ मनमुखा ने अपना मूल ही गवा लिया है स्वास गवा लिया है जिन्हां दे नाल खेती करनी सी शुभ कर्मां दी कहिंदे ओह गवा लिया है मूल गवा दिता है। सब को बीजे अपने भले नो ते संसार कर्मा दी खेती अपने भले वास्ते काटे वास्ते दा कोई बीज नहीं बीजदा है धरती दा एक निजम है भी जो बीजिया ओनू एक दाने नू सैकड़े गुणा प्रफुल्लित करके उसे दे हवाले कर देना जिन्हें बीज बीजे परमात्मा धरती है उन्हें फल देना है पर बीज जिहड़ा ये जीव बीज रहा है तो इस करके है भी सारे लोग अपने फायदे वास्ते कर्मां दा बीज बीजदे है ये जिहड़ा बीज बीजा जांदा दस दिन अगे हर भावै सो खेत जमाया हरि परमेश्वर वाहिगुरु नूं जिहड़े भागे है ते उन्हां दा भाई फिर ये जिहड़ा श्री रूपी खेत है जिहड़ी अंतरीब खेती कीती है महाराज साहब ने यह खेती नूं जमा दिता है पैदा कर दिता है सरवण मनन निध्यासन करन तों बाद फिर ज्ञान पैदा हुंदा है ओह अगे दसणगे होर की चल के। हांजी गुरसिखी हर अमृत बीजिया गुरसिखां ने भाई गुरु साहब तों सिख्या लै के नाम दा बीज बीजिया मन हाली किरसाणी करनी सरम पाणी तन खेत नाम बीज संतोख सुहागा रख गरीबी बेश ये खेती का रूप है नाम का बीज बीजना उपर संतोख का सुहागा इस करके देना भी दाना जे उपर बाहर पिया हो चिड़िया चुग लै जांदियां मन दियां बिरतियां रूप चिड़िया किते इहनूं चुग ना लैण शरदा दी गले दे विच दाना पिया होवे तां जमदा सुख च पिया होवे जमदा नहीं तो इस करके है ते गुरसिखां दा जिहड़ा है ओ फिर गुरसिखी हर अमृत बीजिया गुरु साहब तो उपदेश लै के नाम दा बीज बीजिया अंतशकरण दे जां बुद्ध रूप धरती दे विच अंतशकरण दी धरती दे विच शरदा दी गिल दे विच नाम दा बीज बीजिया अगे दसदे हन जी हरे अमृत नाम फल अमृत पाया फिर जिहड़ा
गुरु साहब दे कोलों नाम अमृत बारे उपदेश लिया। वो उपदेश लैके नाम अमृत दा चिंतन कीता। नाम अमृत दा चिंतन करके फिर अमर फल केड़ा सी, अमृत फल केड़ा सी, मृत्यु तो रहत करन वाला ज्ञान रूपी फल लग्या इस खेती नूं, क्योंकि ज्ञान तो बिना मुक्ति नहीं है। पेंगल उपनिषद दे विच भी ऐसा यह सिद्धांत आया है कि रिते ज्ञानात न मुक्ति न अन्य पंथया विद्या ते एने। इहदा मतलब है कि जीव जिन्ने मर्जी साधन कर लै, कर्म उपासना जिन्ने मर्जी कर लै, जिन्नी देर तक तेरे हिरदे दे विच ज्ञान नहीं पैदा हुंदा मुक्ति नहीं होएगी। मन्ने पाव है मोख द्वार। मुक्ति दा द्वारा की है ज्ञान मिलेगा कि मैं मनन करन दे ना। ओ तरतीब चली आ रही है खेती दी। अमृत फल की पाया, ज्ञान प्राप्त हो गया। ते जिहड़ा ब्रह्म ज्ञान है ए चारे साधना दी लड़ी है, सरवण मनन निध्यासन। निध्यासन दी पौड़ी पंच परवान वाली जिहड़ी है ए निध्यासन दी पौड़ी है। फिर चार पौड़ियां दा जिहड़ा अगे महावाक है ते ओ वेद दे जिहड़े महावाक है, शाम वेद दा महावाक है तत्मसी, ओदे तीन हिस्से बनदे आ, तत् त्वयंग ते असपद। ते तत्पद जिहड़ा है ओ जीव दा वाच्य अर्थ है, तुम पद जिहड़ा जीव दा वाच्य है, तत्पद जिहड़ा ईश्वर दा वाच्य अर्थ है। तत्पद ईश, जीव त्वयंग पद, असपद जिहड़ा ए ब्रह्म दा वाच्य अर्थ है। ते इस करके ना फिर तू सदा सलामत निरंकार दे विच ते इउं सारा ये साधन, चाहे प्रज्ञानमानंद ब्रह्म है, चाहे अयं आत्मा ब्रह्म है, चाहे अहं ब्रह्मस्मि है, वेद दे चार महाभाग ने। गुरबाणी दे विच जपजी साहिब दे विच ये चारे महाभागां दा रूप जिहड़ा है महाराज साहिब ने बड़ा सौखा करके दिता है। वो जदों ज्ञान हो जांदा है, ज्ञाने कारण कर्म अभ्यास, ये अभ्यास करना। और जदों ज्ञान हो गया, ज्ञान पै तो करमे फल कारण फूली बन रहा है। फल आ गए तब फूल बिलाए, हमेशा जदों भी फल लगेगा उस वेले फूल नहीं रहेगा, विलीन हो जाता है। इस करके ज्ञाने कारण कर्म अभ्यास, ज्ञान पौ तो करमे नाश। उत्ते करन नूं कुछ नहीं रहा, पर गुरु नानक दे घर दे विच ऐसा है। बाबा बुढ़ा साहब जी की उम्र केवल 12 वर्षां दी सी जदों ब्रह्म ज्ञान बख्श दिता महाराज। उस तों बाद महाराज साहब जी करतारपुर का वचन है, कहिंदे भाई बुढ़ा साहब छोटी उम्र सी, भाई बुढ़ा साहब अमृत वेले उठना, नाम जपना ते सेवा निष्काम करनी। कहण लगे महाराज हुण भी लोड़ है। कहण लगे की गल? कहिंदे महाराज ब्रह्म ज्ञान वास्ते सारा कुछ करना है ते हुण तां इहदी कोई लोड़ नहीं है। महाराज कहिंदे इह वचन तुहाडा ठीक है, तुहानूं इहदी कोई लोड़ नहीं है, ब्रह्म ज्ञान नूं कोई लोड़ नहीं हुंदी, पर लेकिन जे तुसीं इह छड्ड दित्ता तां तुहानूं देख के बाकी दे वी छड्ड देणगे, जे ज्ञान उहनां नूं होया नहीं इह तां बहुत वड्डी गड़बड़ हो जाएगी। जदों तुसी करोगे तुहानूं देख के ए जिहड़ा मुढ़ला कर्म करदे रहणगे तां कि ए वी ब्रह्म ज्ञान तक पहुंच जाण, थोड़ी रीस करके अमृत वेले उठणगे, संगत वी जाण। 125 वरे तक बाबा बुढ़ा साहिब जी ने ना तां संगत विच आउणा छड्डिया, कदे कथा सुननी, आप बैठ के कीर्तन सुनना, इह गुरु साहिब दा हुक्म है, कोई कर्म नहीं त्याग। तो इस करके है वी जिहड़ा ब्रह्म ज्ञान है, ब्रह्म ज्ञान दे वास्ते ब्रह्म ज्ञान रूपी अमृत फल उन्हां नूं प्राप्त होया है। जम चूहा किरस नित कुरकदा। खेती दे विच एक जानवर ना जिहड़ा चूहा, एडा निकम्मा जानवर है, इह नहीं छड़दा खेती नूं, नाले पल्ले इहदे कुछ नहीं पैंदा, ते कागजां च बड़ जावे कागजां नूं टुकण ते नहीं हटदा, ते उहनूं टुक टुक के मना मुही इक रात च कागज टुक जांदा। ज्यो कागज के भार मूसा टूक गवावत काम नहीं गवारी, कहिंदे उहनूं दिन चढ़े पुछया किसी ने चूहे ने भी सारी रात तू कागज टुकदा रहा, तेरा ढिड भर गया? कहिंदा मैं तां भुखे दा भुखा ही हां, क्यों टुकदा ही रहा? इस तरह के हुण भी कागज टुकण वाले हैगे बथेरे,
नाम सिमरन तो कोरे है। ਇਹ ਜਿਹੜਾ ਇੱਥੇ ਜਮ ਦਾ ਅਰਥ ਵੈਸਦਾ ਇਸ ਤੁਕ ਦੇ ਤਿੰਨ ਅਰਥ ਬਣਦੇ ਨੇ, ਸਮਾਂ ਨਹੀਂ ਆਪਾਂ ਨੂੰ ਕਰਨ ਦੇਗਾ। ਅਤੇ ਸੰਪਰਦਾ ਦੇ ਵਿੱਚ ਬੜੇ ਬਹੁਤ ਰਸਦਾਇਕ ਅਤੇ ਬੜੇ ਗਿਆਨ ਭਰਪੂਰ ਤਿੰਨ ਅਰਥ ਨੇ ਇਹਦੇ। ਪਹਿਲੇ ਅਰਥ ਦੇ ਵਿੱਚ ਇਹ ਵੀ ਜਮ ਜਿਹੜਾ ਹੈ ਕਾਲ ਨੂੰ ਕਿਹਾ, ਇੱਥੇ ਕਾਲ ਰੂਪੀ ਚੂਹਾ ਜਿਹੜਾ ਨਿੱਤ ਕੁਰਕਦਾ ਕੀ ਹੈ, ਸਵਾਸਾਂ ਨੂੰ ਵੱਢੀ ਜਾ ਰਿਹਾ ਕਾਲ, ਅਤੇ ਇਸ ਪ੍ਰਕਾਰ ਇਹ ਕੁਰਕਦਾ ਹੈ। ਅੱਗੇ ਬੋਲੋ, ਹਰ ਕਰਤਾ ਮਾਰ ਕਢਾਇਆ, ਕਰਤੇ ਪੁਰਖ ਨੇ ਮਾਰ ਕੇ ਇਹਨੂੰ ਕੱਢ ਦਿੱਤਾ। ਕਿਵੇਂ ਕੱਢਿਆ? ਗੁਰੂ ਸਾਹਿਬ ਨੇ ਭਾਈ ਦੱਸ ਦਿੱਤਾ, ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਉਹ ਜਮ ਦਾ ਜਮ ਕੂਹਾ ਮਾਰ ਦਿੱਤਾ ਜਿਹੜਾ ਚੂਹਾ ਸੀ, ਅਤੇ ਦੂਸਰੇ ਦਾ ਸਾਹ ਸੀ ਜਮ ਚੂਹਾ ਨਿੱਤ ਕੁਰਕਦਾ। ਅਤੇ ਅੱਗੇ ਜਿਹੜੇ ਸ਼ੁਭ ਗੁਣਾਂ ਦੀ ਖੇਤੀ ਜੰਮੀ ਹੈ ਅੰਤਸ਼ਕਰਨ ਦੇ ਵਿੱਚ, ਹੰਕਾਰ ਰੂਪੀ ਚੂਹਾ ਇਹਨੂੰ ਖਾਈ ਜਾਂਦਾ ਹੈ। ਉਹ ਜਮ ਦੀ ਖੇਤੀ ਨੂੰ ਹੈ, ਉਹਦੀਆਂ ਪੁੰਗਰਾਂ ਜੇ ਨਿਕਲਦੀਆਂ, ਗਿਆਨ ਜੇ ਸ਼ੁਭ ਗੁਣ ਜਿਹਦੇ ਪੈਦਾ ਹੁੰਦੇ ਨੇ, ਹੰਕਾਰ ਨੂੰ ਮਲੀਆ ਮੇਟ ਕਰ ਦਿੰਦਾ। ਕਿਵੇਂ ਕਰਦਾ? ਤੀਰਥ ਵਰਤ ਔਰ ਦਾਨ ਕਰ, ਮਨ ਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾ ਤੇ ਜਿਉਂ ਪੁੰਚਰ ਇਸ਼ਨਾ। ਇਹ ਜਮਾਂ ਦਾ ਇਹ ਜਮ ਕੂਹਾ ਚ ਲੱਗਿਆ ਹੋਇਆ ਹੈ, ਜਾਣੀ ਉਹ ਕਾਲ ਸੀ। ਦੂਜੇ ਅਰਧ ਦੇ ਵਿੱਚ ਜਮ ਚੂਹਾ ਨਿਤ ਕੁਰਖ ਦਾ, ਇਹ ਹੰਕਾਰ ਰੂਪੀ ਚੂਹਾ ਸ਼ੁਭ ਗੁਣਾਂ ਨੂੰ ਉਹਦੀ ਖੇਤੀ ਨੂੰ ਵੱਢੀ ਜਾਂਦਾ ਹੈ। ਪਰ ਕਰਤੇ ਮਾਰ ਕਢਾਇਆ, ਕਰਦੇ ਪੁਰਖ ਨੇ ਮਾਰ ਕੇ ਕੱਢ ਦਿੱਤਾ, ਉਹਦੇ ਥਾਂ ਤੇ ਨਿਮਰਤਾ ਲੈ ਆਉਂਦੀ, ਹੰਕਾਰ ਕੱਢ ਦਿੱਤਾ, ਸਿੱਖ ਦੇ ਅੰਦਰ ਹੰਕਾਰ ਨਹੀਂ ਰਹਿਣ ਦਿੱਤਾ ਹੈ। ਇਸ ਪ੍ਰਕਾਰ ਹੈ। ਫਿਰ ਬੋਲਦੇ ਜੀ, ਜਮ ਚੂਹਾ ਕਿਰਸ ਨਿਤ ਕੁਰਕਦਾ, ਤੇ ਜਮ ਦੇ ਇੱਥੇ ਜਮ ਤੋਂ ਜਿਹੜੀ ਖੇਤੀ ਜੰਮੀ ਸੀ ਭਗਤੀ ਰੂਪੀ ਖੇਤੀ, ਤੇ ਉਹਨੂੰ ਅਗਿਆਨ ਰੂਪੀ ਚੂਹਾ ਚਿੰਬੜਿਆ ਹੋਇਆ, ਨਿਤੇ ਵੱਢੀ ਜਾਂਦਾ ਅਗਿਆਨ ਉਹਨੂੰ। ਅੱਗੇ ਕਰਤੇ, ਹਰ ਕਰਤਾ ਮਾਰ ਕਢਾਇਆ, ਤੇ ਹਰੀ ਪਰਮੇਸ਼ਰ ਦਾ ਸਰੂਪ ਗੁਰੂ ਸਾਹਿਬ ਨੇ ਮਾਰ ਮਾਰ ਕੇ ਅਗਿਆਨ ਨੂੰ ਕੱਢ ਦਿੱਤਾ, ਹਿਰਦੇ ਦੇ ਵਿੱਚੋਂ ਗਿਆਨ ਆ ਗਿਆ, ਇਹ ਚੂਹਾ ਇਉਂ ਮਾਰ ਦਿੱਤਾ। ਚਲੋ ਤਿੰਨ ਵਾਰੀ ਚੂਹਾ ਮਾਰ ਲਿਆ, ਹੁਣ ਤੁਸੀਂ ਗਾਹਾਂ ਚਲੋ ਜੀ। ਕਿਰਸਾਣੀ ਜੰਮੀ ਭਾਉ ਕਰ, ਫਿਰ ਜਿਹੜੀ ਕਿਰਸਾਣੀ ਆ ਭਾਈ ਖੇਤੀ ਅੰਦਰ ਦੀ ਬਹੁਤ ਪ੍ਰਫੁੱਲਤ ਹੋ ਕੇ ਪੈਦਾ ਹੁੰਦੀ ਹੈ। ਹਰ ਬੋਹਲ ਬਖਸ਼ ਜਮਾਇਆ, ਫਿਰ ਵਾਹਿਗੁਰੂ ਦੀ ਬਖਸ਼ਿਸ਼ ਦਾ ਭਗਤੀ ਦਾ ਬੋਹਲ ਕਿਹੜਾ? ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸਹੀ ਆਏ ਸਫਲ ਤਿਨਾ ਕੇ ਕੰਮ। ਇਹ ਬੋਹਲ ਲੱਗਿਆ ਹੈ, ਤਿਨਕਾ ਕਾੜਾ ਅੰਦੇਸਾ ਸਭ ਲਾਹੇ ਓਨ, ਜਦੋਂ ਖੇਤੀ ਸਫਲ ਹੋ ਜਾਏ ਬੋਹਲ ਲੱਗ ਜਾਣ, ਜਿਹੜਾ ਕਰਜ਼ਾ ਲਿਆ ਹੁੰਦਾ ਹੈ ਸ਼ਾਹੂਕਾਰਾਂ ਤੋਂ, ਉਹਦਾ ਬੜਾ ਸੰਸਾ ਹੁੰਦਾ ਵੀ ਕਰਜ਼ਾ ਨਹੀਂ ਲੈਣਾ, ਉਹ ਸਾਰਾ ਝੋਰਾ ਜਿਹੜਾ ਗਮ ਸੀ ਸਾਰਾ ਹੀ ਲੈ ਗਿਆ, ਖੇਤੀਬਾੜੀ ਹੋ ਗਈ। ਇਸੇ ਤਰ੍ਹਾਂ ਜਿਹੜੀ ਭਗਤੀ ਰੂਪੀ ਖੇਤੀ ਦੇ ਵਿੱਚ ਪ੍ਰਫੁੱਲਤਾ ਹੋ ਗਈ ਹੈ, ਤਾਂ ਫਿਰ ਜਿਹੜਾ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਵਿਪਰਜੈ ਸੰਸਾ, ਕਿਹੜਾ ਇੱਕ ਤਰ੍ਹਾਂ ਦਾ ਸੰਸਾ, ਪ੍ਰਲੋਕ ਦੇ ਜਾਣਾ ਜੀ, ਉੱਥੇ ਨਰਕਾਂ ਦਾ ਸੰਸਾ, ਇਹ ਸਾਰੇ ਹੀ ਚੁੱਕੇ ਹੀ ਦੱਸਾ ਮਹਾਰਾਜ ਸਾਹਿਬ। ਤੋ ਇਸ ਕਰਕੇ ਕਾੜਾ ਅੰਦੇਸਾ ਜਿਹੜਾ ਸੀ, ਇਹ ਸਾਰਾ ਲਾਹਿਓਂ ਲਾਹ ਦਿੱਤਾ ਹੈ। ਜਿਹਨੇ ਸਤਿਗੁਰ ਪੁਰਖ ਤੇ ਆਇਆ, ਜਿਹਨਾਂ ਨੇ ਸਤਿਗੁਰੂ ਪੁਰਖ ਨੂੰ ਧਿਆਉਣਾ ਕੀਤਾ ਹੈ, ਜਨ ਨਾਨਕ ਨਾਮ ਅਰਾਧਿਆ, ਜਨ ਬਣ ਕੇ ਦਾਸ ਬਣ ਕੇ ਜਿਹਨਾਂ ਨੇ ਅਰਾਧਨਾ ਕੀਤਾ ਨਾਮ ਨੂੰ, ਤੇ ਮਹਾਰਾਜ ਸਾਹਿਬ ਜੀ ਨੇ ਅਰਾਧਨ ਤੇ ਜਪਣ ਤੇ ਧਿਆਉਣ ਤੇ ਸਿਮਰਨ ਤੇ, ਇਹ ਚਾਰ ਚੀਜ਼ਾਂ ਤੇ ਗੁਰਬਾਣੀ ਚ ਜ਼ੋਰ ਆ ਜਾਵੇ, ਇਹਨਾਂ ਦੀ ਥੋੜੀ ਥੋੜੀ ਵੱਖਰੀ ਵੱਖਰੀ ਵਸਤਾ। ਹਾਂਜੀ, ਆਪ ਤਰਿਆ ਸਭ ਜਗਤ ਤਰਾਇਆ, ਉਹਦਾ ਆਪ ਤਰਿਆ ਤੇ ਸੰਸਾਰ ਨੂੰ ਵੀ ਤਾਰ ਦਿੱਤਾ ਹੈ। ਤੇ ਉਪਨਿਸ਼ਦਾਂ ਦੇ ਵਿੱਚ ਸੂਤਰ ਹੈ ਕਿ ਬ੍ਰਹਮ ਬੇਤਾ ਜਿਸ ਮਾਂ ਦੀ ਕੁੱਖ ਤੋਂ ਪੈਦਾ ਹੁੰਦਾ ਹੈ, ਬ੍ਰਹਮ ਬੇਤ ਮਾਤਰੇਣ ਇਕੋਤਰ ਸ਼ਤੋਂ ਕੋਲੋਂ ਅੰਗਤਾਰਿਆ, ਉਹਦੀਆਂ 101 ਕੁਲਾਂ ਸੁਤੇ ਤਰ ਜਾਂਦੀਆਂ। ਪਿਤਾ ਸਾ ਚੋ 20 ਮਾਤਾ ਕੇ ਜਾਨੋ, ਖੋੜ ਸਤਰਿਆ ਮਹਾਨ ਦੁਆਦਸ ਸਦਾ ਪਛਾਨੋ, ਏਕਾਦਸ ਕੁਲ ਭੈਣ 10 ਭੂਆ ਕੇ ਲੇਖੇ, ਮਾਤ ਭੈਣ ਕੁਲ 8 ਸੁਰਤੀ ਸਿਮਰਤੀ ਪੇਖੇ, ਪਰਮਤ 101 ਕੀ ਤਤ ਵੇਤਾ ਹਰ ਜਨ ਕਹੀ, ਭਗਤ ਹੋਤ ਜੋਈ ਬੰਸ਼ ਮੈਂ ਸ਼ਬਦ ਗੋਤਰ ਤਾਰੇ ਸਹੀ, ਪ੍ਰਭ ਕਹਿ ਸਿਮਰਨ ਸਭ ਕੁਲੋਂ ਦਰ। ਇੱਥੇ ਕੁਲਾਂ ਦਾ ਬੈਨ ਹੀ ਚੱਕ ਦਿੱਤਾ ਵੀ ਸਾਰੀਆਂ ਕੁਲਾਂ ਤਰ ਜਾਂਦੀਆਂ, ਉਹ ਆਪ ਵੀ ਤਰਦਾ, ਕੁਲਾਂ ਵੀ ਤਰ ਜਾਂਦੀਆਂ ਨੇ ਜਿਹਦੇ ਵਿੱਚ ਉਹ ਪੈਦਾ ਹੋਇਆ। ਮਹੱਲਾ ਚੌਥਾ, ਅੱਗੇ ਹੁਣ ਮਹੱਲਾ ਵੀ ਚੌਥੇ ਪਾਤਸ਼ਾਹ ਦਾ ਹੈ ਜੀ। ਸਾਰਾ ਦਿਨ ਲਾਲਚ ਅਟਿਆ, ਹੁਣ ਮਨਮੁਖ ਦੀ ਵਿਵਸਥਾ ਦੱਸਦੇ ਆ। ਲਾਲਚ ਦੇ ਵਿੱਚ ਅਟਿਆ ਹੁੰਦਾ ਕਿਸੇ ਚੀਜ਼ ਨੂੰ ਨਾ ਭਰ ਦੇਣਾ, ਤੇ ਟੋਆ ਹੈ ਕਹਿੰਦੇ ਅੱਟ ਦਿਓ ਇਹਨੂੰ, ਜਿਹਨੂੰ ਭਰ ਦਿਓ ਅਟਿਆ, ਲਿਬੜੇ ਹੋਏ ਨੂੰ ਵੀ ਕਹਿੰਦੇ ਨੇ। ਸਾਰਾ ਦਿਨ ਮੋਹ ਦੇ ਵਿੱਚ, ਮਾਇਆ ਦੇ ਲਾਲਚ ਦੇ ਵਿੱਚ ਇਹ ਲਿਬੜਿਆ ਹੀ ਫਿਰਦਾ, ਹਲ ਹਲ ਕਰਦਾ ਫਿਰਦਾ, ਜਿਵੇਂ ਭੁੱਖਾ ਕੁੱਤਾ ਨਹੀਂ ਫਿਰਦਾ ਹੁੰਦਾ ਬੁਰਕੀ ਵਾਸਤੇ,
ਕਹਿੰਦੇ ਐ ਇਹ ਲਾਲਚ ਦੇ ਵੱਸ ਹੋ ਕਰਕੇ ਨਾ ਜੋ ਕੁੱਕਰ ਹਰਕਾਇਆ ਧਾਵੈ ਦਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਇਹ ਹਾਲਤ ਇਹਦੀ ਲਾਲਚ ਦੀ, ਲਾਲਚ ਦੀ ਹੋਈ ਹੋਈ ਹੈ। ਮਨਮੁਖ ਹੋਰੇ ਗੱਲਾਂ, ਇਹ ਹੋਰੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਦਾ, ਇਹਨੂੰ ਸਾਧ ਜੀ ਗੱਲਾਂ ਵੀ ਨੀ ਕਹਿਣਾ, ਗੱਲਾਂ ਹੁੰਦਾ ਪੈਸੇ ਪਾਉਣ ਵਾਲਾ। ਇਹ ਤਾਂ ਪਾਠੀ ਸਿੰਘ ਦੀ ਤਾਂ ਮਿਹਨਤ ਬਹੁਤ ਹੈ ਨਾ, ਮੈਂ ਤੁਹਾਡੇ ਜਿਹੜੇ ਕੁਛ ਪਾਠ ਦੇ ਵਿੱਚ ਐਸਾ ਕਰ ਲੈਂਦੇ ਆ ਗੜਬੜ, ਉਹਨਾਂ ਦੇ ਧਿਆਨ ਵਾਸਤੇ। ਹਾਂਜੀ ਅੱਗੇ ਬੋਲੋ। ਰਾਤੀ ਉਗੇ ਦਬਿਆ, ਰਾਤ ਨੂੰ ਉਂਗ ਆਈ ਨੀਂਦ ਨੇ ਦਬਲਿਆ, ਵਿਸ਼ੇ ਵਿਕਾਰ ਸੁਪਨੇ ਚ ਵੀ ਨੀ ਛੱਡ ਰਹੇ। ਇਹ ਮਨਮੁੱਖਾਂ ਦਾ ਕਰਤਵ ਦੱਸਦੇ ਨੇ। ਨਵੇਂ ਸੋਤ ਸਭ ਢਿੱਲਾ, ਇਹਨੂੰ ਨੱਬੇ ਨੀ ਕਰਨਾ, ਨੱਬੇ ਤਾਂ ਦੂਸਰੀ ਗਿਣਤੀ ਆ ਗਿਆ, ਜਿਵੇਂ ਨਵੇਂ ਇਹ ਵਾਹਵਾ ਹੈ। ਇਹ ਨੌਨ ਜਿਹਦੇ ਨੇਤਰ ਕੰਨ ਨਾਸਕਾਂ ਉਪਸਥ ਇੰਦਰੇ ਮੂੰਹ ਆਦਿ ਜਿਹੜੇ ਨਾ, ਇਹਦੇ ਚ ਨਵੇਂ ਸ਼ਿਦਰ ਸਰਵੇ ਅਪਵਿੱਤਰ ਆ, ਇਹਨਾਂ ਚੋਂ ਗੰਦਗੀ ਉਹ ਨਿਕਲਦੀ ਹੈ, ਅੱਖਾਂ ਚੋਂ ਗਿੱਟ ਨਿਕਲੀ ਹੈ, ਨਾਸਕੋ ਚੋਂ ਨਜ਼ਲਾਂ ਨਿਕਲਦਾ, ਮੂੰਹ ਚੋਂ ਥੁੱਕ ਨਿਕਲਦਾ, ਇਤਿਆਦਿਕ ਸਾਰੇ ਜਿਹੜੇ ਮਲਮੂਤਰ ਨਿਕਲਦਾ ਉਪਸਥ ਇੰਦਰਿਆਂ ਦੇ ਵਿੱਚੋਂ, ਇਹ ਸਾਰੇ ਉਸ ਵੇਲੇ ਸੋਤਰ ਇੰਦਰੇ ਜਿਹੜੇ ਨੇ ਇਹ ਢਿੱਲੇ ਹੋ ਜਾਂਦੇ ਨੇ, ਅਤੇ ਇਹਨੂੰ ਢਿੱਲਾ ਨਹੀਂ ਕਰਨ ਜਾਣੀ, ਢਿੱਲੇ ਇਹ ਇਸ ਪ੍ਰਕਾਰ ਢਿੱਲਾ। ਹਾਂਜੀ ਬੋਲੋ। ਮਨਮੁੱਖਾਂ ਦਾ ਸਿਰ ਜੋਰਾ ਅਮਰ ਹੈ, ਇਹਦੇ ਵਿੱਚ ਸਾਧ ਸਿੰਘ ਜੀ ਜਿਹੜੇ ਮਨਮੁੱਖ ਹੈ ਉਹਨਾਂ ਦੇ ਸਿਰ ਦੇ ਉੱਤੇ ਜੋਰਾ ਨਾਮ ਇਸਤਰੀ ਦਾ ਹੈ, ਉਹਨਾਂ ਦਾ ਹੁਕਮ ਚੱਲ ਰਿਹਾ ਇੱਥੇ। ਅਮਰ ਜਿਹੜਾ ਨਾ ਇਹ ਅਰਬੀ ਦਾ ਸ਼ਬਦ ਹੈ, ਅਰਬੀ ਦੇ ਅੰਦਰ ਅਮਰ ਦਾ ਅਰਥ ਹੈ ਹੁਕਮ। ਜੋਰਾਂ ਦੇ ਸਿਰ ਤੇ ਉਹ ਕੀ ਹੈ ਵੀ ਜਿਹੜੀ ਇਸਤਰੀ ਆ ਉਹਦੇ ਤੇ ਹੁਕਮ ਕਰਦੇ ਆ, ਜਿਹੜੇ ਮਨਮੁੱਖ ਹੈ ਜੇ ਕਾਮੀ ਪੁਰਸ਼ ਵਾਸਤੇ ਕਿਹਾ ਕਿਸ ਤਰ੍ਹਾਂ ਦਾ ਹੁਕਮ ਹੈ। ਇਹ ਨਹੀਂ ਜਿਹੜੇ ਪਤੀ ਪਤਨੀ ਦਾ ਰਿਸ਼ਤਾ ਹੈ ਇਹ ਬੜਾ ਆਦਰਣੀ ਰਿਸ਼ਤਾ ਹੈ, ਲੇਕਿਨ ਇੱਥੇ ਕੋਈ ਗੁਰੂ ਸਾਹਿਬ ਜੀ ਕੋਈ ਅਪਮਾਨ ਨਹੀਂ ਕਰ ਰਹੇ ਔਰਤ ਦਾ, ਇਹਨੂੰ ਸਮਝਣ ਦੀ ਲੋੜ ਹੈ। ਤੇ ਜਿਹੜੀ ਔਰਤ ਨੇ ਧਰੋਂ ਦੇ ਚਪੇੜਾਂ ਮਾਰੀਆਂ ਤੇ ਬਾਪ ਸਾਹਮਣੇ ਦੇਖ ਰਿਹਾ, ਰਾਜੇ ਦੀ ਹਿੰਮਤ ਨਹੀਂ ਪਈ, ਜੋਰਾਂ ਦਾ ਆਖਿਆ ਪੁਰਖ ਮਾਮਦੇ, ਉਹ ਜੋੜੇ ਉਤਾਨ ਪਦ ਰਾਜੇ ਦੀ ਇਸਤਰੀ ਨੇ ਕਿਹਾ ਉਹੀ ਕਰਿਆ, ਉਹਦੇ ਚਪੇੜਾਂ ਪਈਆਂ, ਗੋਦ ਚ ਧੂਗੇ ਮਾਰਿਆ ਭਗਾ ਕੇ, ਇਹੋ ਜਿਹਾ ਉਹਨੂੰ ਕਿਹਾ ਪੁਰਸ਼ਾਂ ਨੂੰ ਕਿ ਤੁਸੀਂ ਜੋਰਾਂ ਦਾ ਆਖਿਆ ਪੁਰਖ ਮਾਮਦੇ, ਜਿਹੜੇ ਇਸਤਰੀਆਂ ਦੇ ਮਗਰ ਲਾ ਕੇ ਕਾਮ ਦੀ ਵਾਸਨਾ ਕਰਕੇ ਤੁਸੀਂ ਉਹਨਾਂ ਨੂੰ ਗਲਤ ਕੰਮ ਤੋਂ ਨਹੀਂ ਰੋਕ ਰਹੇ, ਕਚੱਜੇ ਕੰਮਾਂ ਤੋਂ ਨਹੀਂ ਰੋਕਦੇ, ਫਿਰ ਕੈਸੇ ਪੁਰਸ਼ ਨੇ ਦੱਸਦੇ ਨੇ। ਨਿਤ ਦੇਵ ਹੈ ਭਲਾ, ਤੇ ਉਹਨਾਂ ਨੂੰ ਕੁਝ ਇਸਤਰੀ, ਇਹਦੇ ਦੋ ਪਾਠ ਨੇ ਜੀ, ਭਲਾ ਪਾਠ ਵੀ ਹੈਗਾ ਸੰਪਰਦਾ ਦੇ ਵਿੱਚ, ਇਹ ਅਸਲ ਵਿੱਚ ਮੁੱਖ ਪਾਠ ਹੈ ਭੱਲਾ, ਭੱਲਾ ਹੁੰਦਾ ਨੇਜੇ ਦਾ ਨਾਮ। ਕਹਿੰਦੇ ਮਨਮੁੱਖ ਔਰਤਾਂ ਚ ਮੈਂ ਭੱਲਾ ਸੀਨੇ ਚ ਗੱਡ ਦੇਈਦਾ ਨਾ, ਇਹੋ ਜਿਹੇ ਕਬੋਲ ਬੋਲਦੀ ਹੈ, ਸੀਨਾ ਸਾੜ ਦਿੰਦੀ ਹੈ, ਇਸ ਕਰਕੇ ਫਿਰ ਉਹ ਜਿਹੜੇ ਬੋਲ ਬੋਲਦੀਆਂ ਹਨ, ਅਸਲ ਦੇ ਵਿੱਚ ਇਹ ਜਿਹੜਾ ਅਲੰਕਾਰ ਬੰਨਿਆ ਇਹ ਜਿਹੜੀਆਂ ਵੇਸਵਾਵਾਂ ਨਾ, ਕਾਮੀ ਪੁਰਸ਼ ਉਹਨਾਂ ਦੇ ਕੋਲ ਜਾਂਦੇ ਆ, ਉਹਨਾਂ ਦੇ ਆਕੇ ਲਾਕੇ ਘਰਬਾਦ ਬਰਬਾਦ ਕਰਦੇ ਨੇ, ਇਹ ਮਹਾਰਾਜ ਸਾਹਿਬ ਜੀ ਨੇ ਅੱਗੇ ਚੱਲ ਕੇ ਅਰਥ ਦੇ ਵਿੱਚ ਸਪਸ਼ਟ ਹੁੰਦੀ ਹੈ ਇਹ ਗੱਲ ਵੀ ਇਹ ਅਲੰਕਾਰ ਬੇਸਬਾਵਾਂ ਦੇ ਗਾਮੀ ਜਿਹੜੇ ਪੁਰਸ਼ ਜਿਵੇਂ ਅਜਾਮਲ ਪਤਦ ਅਜਾਮਲ ਪਾਪ ਕਰ ਜਾਏ ਕਲਵਤ ਨਹੀਂ ਦੇ ਰਿਹਾ, ਉਹ ਇਹੋ ਜਿਹਾ ਨੂੰ ਕਿਹਾ ਹੈ। ਜੋਰਾ ਦਾ ਆਖਿਆ ਪੁਰਖ ਕਮਾਵ ਦੇ, ਜੋ ਇਸਤਰੀਆਂ ਦਾ ਕਹੇ ਹੋਏ ਪੁਰਖ ਕਮਾਉਂਦੇ ਹਨ, ਸੇ ਅਪਵਿੱਤ ਅਮੇਧ ਖੱਲਾ, ਸੇ ਉਹ ਜਿਹੜਾ ਅਮੇਧ ਹੈ ਨਾ ਸ਼ਬਦ, ਮੇਧ ਸ਼ਬਦ ਸੰਸਕ੍ਰਿਤ ਦੇ ਵਿੱਚ ਬੁੱਧੀ ਨੂੰ ਕਹਿੰਦੇ ਨੇ, ਅਮੇਧ ਹੋ ਗਿਆ ਬੁੱਧੀ ਤੋਂ ਹੀਣਾ, ਅਕਲ ਤੋਂ ਹੀਣੇ ਨੂੰ ਕਹਿ ਦਿੱਤਾ। ਅਪਵਿੱਤਰ ਹੋਏ ਕਿਉਂ, ਅਪਵਿੱਤਰ ਇਸ ਕਰਕੇ ਹੋ ਗਏ ਨਾ ਵੀ ਜੋਰਾਂ ਦਾ ਆਖਿਆ ਪੁਰਖ ਕਮਾਮ ਦੇ ਵਿਸ਼ੇ ਰਸ ਦੇ ਵਿੱਚ ਆ ਕੇ ਉਹ ਵਿਵਿਚਾਰ ਕਰਦੇ ਆ, ਫਿਰ ਅਪਵਿੱਤਰ ਹੀ ਨਾ ਹੋਰ ਕੀ ਨਾ। ਤੇ ਅੰਮ੍ਰਿਤਧਾਰੀ ਹੋ ਕੇ ਜਿਹੜੇ ਇੰਜ ਵਜਰ ਕਰੈਤਾਂ ਕਰਨ ਫਿਰ ਉਹ ਅਪਵਿੱਤਰ ਹੁੰਦਾ, ਤਾਂ ਹੀ ਪੰਜਾਂ ਪੈਰਾਂ ਦੇ ਪੇਸ਼ ਹੋਣਾ ਪੈਂਦਾ। ਇਸ ਕਰਕੇ ਕਹਿੰਦੇ ਹਨ ਜੀ ਕਾਮ ਵਿਆਪੇ ਸੁਧ ਨਰ, ਇੱਥੇ ਹੁਣ ਗੱਲ ਸਪਸ਼ਟ ਹੋ ਗਈ ਵੀ ਕਾਮੀ ਪੁਰਸ਼ ਜਿਹੜੇ ਉਹ ਵਿਸਵਾਮਾ ਗਾਮੀ ਹੋ ਕਰਕੇ ਨਾ ਤੇ ਵਿਹੁਤਾ ਜੀਵਨ ਤੇ ਨਹੀਂ ਖੜਦੇ, ਕਾਮ ਵਿਆਪੇ ਕੁਸੁੱਧ ਨਰ, ਉਹ ਖੋਟੇ ਪੁਰਸ਼ ਹਨ ਜਿਹਨਾਂ ਨੂੰ ਕਾਮ ਵਿਆਪਦਾ, ਉਹ ਆਪਣੇ ਹੱਥ ਬੰਨੇ ਟੱਪ ਕੇ ਵਿਵਿਚਾਰ ਕਰਦੇ ਆ ਬਜਰ ਕਰੇ ਤਾਂ। ਸੇ ਜੋਰਾ ਪੁੱਛ ਚੱਲਾ, ਉਹ ਫਿਰ ਭਾਈ ਕਾਮ ਦੇ ਅਧੀਨ ਹੋ ਕੇ, ਇਸਤਰੀਆਂ ਦੇ ਅਧੀਨ ਹੋ ਕੇ ਜੀਵਨ ਬਰਬਾਦ ਕਰਦੇ, ਬੇਸਵਾਵਾਂ ਦੇ ਅਧੀਨ ਹੋ ਕੇ। ਵਿਆਹਤਾ ਔਰਤਾਂ ਵਜ਼ੀਰ ਦੀ ਨਿਆਈ ਆ ਭਾਈ, ਉਹ ਤਾਂ ਗ੍ਰਿਸ ਦਾ ਮੂਲ ਹੈ, ਜਿੱਥੋਂ ਸਮਝ ਲਓ ਵੀ ਸੰਤਾਨ ਨੇ ਪੈਦਾ ਹੋਣਾ, ਤੇ ਸਿੱਖ ਸਿੱਖਣੀ ਮਿਲਵੈ ਚਰਚਾ ਕਰੇ ਅਪਾਰ, ਨਹੀਂ ਕਿਹਾ ਵੀ ਭਜਨ ਸਿਖਾਵੈ ਪੁੱਤਰ ਕੋ ਹਰ ਪੜ ਵਾਰੰਵਾਰ, ਉਹਨਾਂ ਨੂੰ ਤਾਂ ਨਹੀਂ ਕਿਹਾ।
ਸਤਿਗੁਰ ਕਹਿ ਆਖਿਆ ਜੋ ਚੱਲੈ, ਜਿਹੜਾ ਸਤਿਗੁਰੂ ਦੇ ਆਖਿਆ ਚੱਲਦਾ, ਜਾਣੀ ਸਤਿਗੁਰਾਂ ਦੀ ਸਿੱਖਿਆ ਨਾਲ ਚੱਲਦਾ ਹੈ, ਸੋ ਸਤ ਪੁਰਖ ਭਲ ਭੱਲਾ। ਇਹਨੂੰ ਭਲ ਭੱਲਾ ਨੀ ਕਹਿਣਾ, ਇੱਥੇ ਭੋਲਾ ਜਿਹਾ ਪਾਠ ਹੈ। ਭਲ ਭੱਲਾ ਜਿਵੇਂ ਸਿੰਘ ਜੀ ਨੇ ਕੀਤਾ, ਉਹ ਭਲਿਆਂ ਤੋਂ ਵੀ ਭਲਾ ਹੈ। ਜਿਹੜਾ ਸਤਿਗੁਰੂ ਦੀ ਮਰਿਆਦਾ ਵਿੱਚ ਰਹਿੰਦਾ, ਉਹ ਗੁਰਸਿੱਖ ਭਲਿਆਂ ਤੋਂ ਵੀ ਭਲਾ ਹੈ। ਜੋਰਾ ਪੁਰਖ ਸਭ ਆਪ ਉਪਾਇਨ, ਤੇ ਵਾਹਿਗੁਰੂ ਨੇ ਇਸਤਰੀ ਪੁਰਸ਼ ਪੈਦਾ ਕੀਤੇ ਨਾ ਆਪ। ਹਰ ਖੇਲ ਸਭ ਖੇਲਾ ਹੈ, ਸਭ ਇਹਦਾ ਖੇਲ ਵਾਹਿਗੁਰੂ ਦਾ ਹੀ ਹੈ, ਖੇਡ ਰਿਹਾ ਉਹ। ਸਭ ਤੇਰੀ ਬਣਤ ਬਣਾਵਣੀ, ਇਹ ਮੇਰੇ ਵਾਹਿਗੁਰੂ ਸੰਸਾਰ ਦੀ ਬਣਤ ਤੇਰੀ ਬਣਾਈ ਹੋਈ ਹੈ, ਇਸ ਕਰਕੇ ਹੇ ਪਰਮੇਸ਼ਰ ਕਿਰਪਾ ਕਰ। ਨਾਨਕ ਭਲ ਭੱਲਾ, ਇਸ ਕਰਕੇ ਮੈਂ ਤਾਂ ਉਹਨਾਂ ਨੂੰ ਭਲਿਆਂ ਤੋਂ ਭਲੇ ਕਹਿੰਦਾ, ਔਰ ਤੇਰੀ ਰਚਨਾ ਨੂੰ ਮੈਂ ਬੁਰਾ ਨਹੀਂ ਕਹਿੰਦਾ। ਤੇਰੀ ਰਚਨਾ ਤੇਰਾ ਰੂਪ ਹੀ ਹੈ, ਭਲਿਆਂ ਤੋਂ ਭਲੇ ਨੇ ਜਿਹੜੇ ਇਸ ਰਚਨਾ ਦੇ ਵਿੱਚ ਨਾਮ ਜਪਦੇ ਨੇ। ਪੌੜੀ ਤੂੰ ਬੇਪਰਵਾਹ ਹੋ ਅਥਾਹ ਹੈ, ਹੇ ਵਾਹਿਗੁਰੂ ਤੂੰ ਬੇਪਰਵਾਹ ਦਾ ਅਰਥ ਹੈ ਬੇਮੁਹਤਾਜ, ਤੇ ਅਥਾਹ ਦਾ ਅਰਥ ਹੈ ਜਿਹਦਾ ਥੱਲਾ ਨੀ, ਹੱਦ ਨੀ, ਬੰਨਾ ਨੀ ਹੈ ਕੋਈ। ਅਤੁੱਲ ਜਿਹਨੂੰ ਵਿਚਾਰ ਰੂਪੀ ਤਕੜੀ ਤੇ ਉਹਦੇ ਵਿੱਚ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਕੋਈ ਤੋਲ ਨਹੀਂ ਸਕਦਾ, ਤੋਲ ਨਾ ਤੁਲੀਐ। ਐਸਾ ਜਿਹੜਾ ਅਤੁੱਲ ਹੈ, ਕਿਉਂ ਤੁਲੀਐ, ਉਹਨੂੰ ਕਿਵੇਂ ਕੋਈ ਤੋਲ ਸਕਦਾ। ਤੂੰ ਅਥਾਹ ਹੈ, ਅਤੁੱਲ ਹੈ, ਅਗੋਲ ਕਿਆ ਤੁਲੀਐ, ਤੇ ਤੈਨੂੰ ਕਿਵੇਂ ਕੋਈ ਬੁੱਧ ਰੂਪੀ ਤਕੜੀ ਨਾਲ ਤੋਲ ਦੇਗਾ, ਜਾਣੀ ਵਿਚਾਰਾਂ ਦਾ ਵਿਸ਼ਾ ਨਹੀਂ ਹੈ, ਉਹ ਅਥਾਹ ਹੈ, ਬੇਅੰਤ ਹੈ। ਸੇ ਵਡਭਾਗੀ ਜੇ ਤੁਦ ਧਿਆਏ ਦੇ, ਵੱਡਿਆਂ ਭਾਗਾਂ ਵਾਲੇ ਉਹ ਜਿਹੜੇ ਵਾਹਿਗੁਰੂ ਧਿਆ ਕਰ ਬਿਰਤੀ ਬਣਾ ਕੇ ਤੈਨੂੰ ਧਿਆਉਂਦੇ ਨੇ। ਜਿਨ ਸਤਿਗੁਰ ਮਿਲੀਐ, ਤੇ ਜਿਨ੍ਹਾਂ ਨੂੰ ਭਾਈ ਸਤਿਗੁਰੂ ਮਿਲਿਆ ਉਹ ਤੈਨੂੰ ਧਿਆਉਂਦੇ ਨੇ ਹੇ ਵਾਹਿਗੁਰੂ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਸਤਿਗੁਰਾਂ ਦੀ ਜਿਹੜੀ ਬਾਣੀ ਹੈ ਨਾ ਅੰਮ੍ਰਿਤ ਬਾਣੀ, ਇਹ ਸਤ ਨਾਮ ਹੈ ਪਰਮੇਸ਼ਰ ਦਾ। ਸਤ ਦੀ ਜਿਹੜੀ ਪਰਿਭਾਸ਼ਾ ਕੀਤੀ ਹੈ ਸੰਸਕ੍ਰਿਤ ਦੇ ਵਿੱਚ, ਸੂਤਰ ਹੈ ਇੱਕ ਵੇਦ ਦਾ, ਤ੍ਰੈ ਕਾਲ ਅਵਧ ਤਿਅੰਗ ਸਤ ਤਿਅੰਗ, ਜਿਸ ਕਾ ਤਿੰਨੋਂ ਕਾਲੋਂ ਮੇਂ ਬਾਅਦ ਨਾਸ ਨਾ ਹੋ ਵੋ ਸਤ ਹੈ। ਉਹਨੂੰ ਕਿਹਾ ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋ ਸੱਚ। ਉਹ ਸਤ ਸਰੂਪ ਜਿਹੜੀ ਅਕਾਲ ਪੁਰਖ ਦਾ ਸਰੂਪ ਹੈ ਗੁਰਬਾਣੀ, ਬਹੁ ਬਹੁ ਬਾਣੀ ਨਿਰੰਕਾਰ ਹੈ। ਕਹਿੰਦੇ ਇਹ ਜਿਹੜੀ ਬਾਣੀ ਹੈ, ਹਾਂਜੀ ਬੋਲੋ, ਗੁਰਬਾਣੀ ਬਣੀ ਹੈ, ਤੁਸੀਂ ਗੁਰਬਾਣੀ ਸੁਣ ਕੇ, ਗੁਰਬਾਣੀ ਸੁਣ ਕੇ ਅਕਾਲ ਪੁਰਖ ਦਾ ਰੂਪ ਬਣ ਜਾਓਗੇ। ਅਗਿਆਨ ਵਿੱਚੋਂ ਚਲਾ ਜਾਏਗਾ ਤੇ ਉਹਦਾ ਰੂਪ ਹੋ ਜਾਏਗਾ, ਜਿਵੇਂ ਪਾਣੀ ਦੀ ਬੂੰਦ ਸਮੁੰਦਰ ਵਿੱਚ ਮਿਲ ਕੇ ਪਾਣੀ ਸਮੁੰਦਰ ਬਣ ਜਾਂਦੀ ਹੈ ਇੱਕ ਬੂੰਦ, ਤੇ ਇਸ ਪ੍ਰਕਾਰ ਬਣ ਜਾਓਗੇ। ਸਤਿਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੇ, ਸਤਿਗੁਰਾਂ ਦੀ ਰੀਸ ਕਰਨ ਵਾਲੇ ਹੋਰ ਬੜੇ ਕੱਚੀਆਂ ਪੀਲੀਆਂ ਗੱਲਾਂ ਕਰਦੇ ਹੈ। ਸਤਿਗੁਰਾਂ ਦੀ ਰੀਸ ਉਹ ਕੱਚ ਕੱਚੀਆਂ ਗੱਲਾਂ ਕਰਦੇ ਹੈ, ਪਿਲ ਪਿਲੀਆਂ ਗੱਲਾਂ ਕਰਦੇ ਹੈ, ਐਸੇ ਜਿਹੜੇ ਸੇ ਕੂੜਿਆਰ ਕੂੜੇ ਝੜ ਪੜੀ ਹੈ, ਉਹ ਕੂੜਿਆਰ ਜਿਹੜਾ ਰਾਰਾ ਤੇ ਲੱਲਾ ਸਵਰਨੀ ਅੱਖਰ ਨਾ, ਉਹ ਝੂਠ ਦਾ ਆਲ ਆਲਾ ਨਾਮ ਕਰ ਦਿੰਦਾ, ਝੂਠ ਦਾ ਘਰ ਹੀ ਬਣੇ ਹੋਏ ਹਨ, ਇਸ ਕਰਕੇ ਫਿਰ ਉਹ ਝੂਠੇ ਹਨ ਜਿਹੜੇ। ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਅਰਥ ਰਹਿ ਗਿਆ ਝੜ ਪੜੀ ਹੈ, ਮੇਰੇ ਤੋਂ ਰਹਿ ਗਿਆ ਉੱਥੇ ਤੁਹਾਡਾ ਨਹੀਂ, ਉਹ ਝੜ ਕੇ ਧਰਤੀ ਤੇ ਡਿੱਗ ਜਾਂਦੇ ਆ, ਭਾਵ ਇਹ ਨਰਕਾਂ ਦੇ ਵਿੱਚ ਗੋਤੇ ਖਾ ਰਹੇ ਨੇ, ਉਹਨਾਂ ਦੇ ਗੁਣ ਸਾਰੇ ਝੜ ਗਏ ਹੈ, ਤੇ ਕੱਚ ਪਿੱਚ ਬੋਲਦੇ ਨੇ, ਝੂਠ ਦਾ ਘਰ ਬਣੇ ਹੋਏ ਨੇ, ਇਸ ਕਰਕੇ ਫਿਰ ਉਹ ਪਾਜ ਨੰਗਾ ਹੋ ਜਾਂਦਾ ਹੈ, ਸਜਾਵਾਂ ਮਿਲ ਗਏ ਇੱਥੇ ਵੀ ਤੇ ਪ੍ਰਲੋਕ ਵਿੱਚ ਵੀ। ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਉਹਨਾਂ ਦੇ ਅੰਦਰ ਤਾਂ ਹੋਰ ਨੇ ਗੱਲਾਂ ਤੇ ਬਾਹਰ ਹੋਰ ਨੇ, ਜਿਹਨਾਂ ਦੇ ਮਨ ਦੇ ਅੰਦਰ ਹੋਰ ਤੇ ਮੁੱਖ ਦੇ ਵਿੱਚ ਹੋਰ ਹੈ, ਤੇ ਉਹਨਾਂ ਨੂੰ ਫਿਰ ਸਾਸ ਜੀ ਕਿਹਾ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ ਕੱਚੇ ਨੂੰ ਹੋਰ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਮੁੱਖ ਮੀਠਾ ਪਾਛੇ ਕੁੱਟਣ ਛੱਡ ਦਿਓ ਬੈ ਮਿੱਤਰ, ਛੱਡਣ ਦੀ ਆ ਗਿਆ ਉਹਨੂੰ। ਹਾਂਜੀ, ਵੇਖ ਮਾਇਆ ਨੂੰ ਚੱਖ ਮਰਦੇ ਕੜੀਐ, ਉਹ ਤਾਂ ਫਿਰ ਵਿਓਹ ਰੂਪੀ ਮਾਇਆ ਦੇ ਵਾਸਤੇ ਚੱਖਾਂ ਮਾਰਦੇ ਝੂਲਦੇ ਰਹਿੰਦੇ ਨੇ, ਝੋਰਿਆਂ ਦੇ ਵਿੱਚ ਲੱਗੇ ਰਹਿੰਦੇ ਨੇ। ਤੋ ਇਉਂ ਸਾਧ ਸੁਣਜੀ ਕਾਲੀ ਕਾਲੀ ਦੇ ਸ਼ਬਦ ਸਮਾਪਤ ਕੀਤਾ ਹੈ, ਕਿਉਂਕਿ ਜਗਾਦਰੀ ਵਾਲਾ ਜਥਾ ਇਹ ਆਪਣੇ ਕੋਲ ਤਿੰਨ ਕੁ ਦਿਨ ਹੈ। ਮੈਂ ਤਾਂ ਤੁਹਾਡੇ ਕੋਲ ਅਗਲਾ ਹਫ਼ਤਾ ਵੀ ਇੱਥੇ ਸੰਗਤਾਂ ਨੇ ਪ੍ਰੋਗਰਾਮ ਬਣਾਇਆ ਹੋਇਆ, ਅਤੇ ਗੁਰੂ ਕਿਰਪਾ ਕਰੇ ਆਪਾਂ ਇਸ ਕਰਕੇ ਟਾਈਮ ਵੱਧ ਇਹਨਾਂ ਨੂੰ ਦਿੱਤਾ, ਅਤੇ ਪ੍ਰਬੰਧਕਾਂ ਨੇ ਜਾਂ ਪ੍ਰਧਾਨ ਜੀ ਵੀ ਆਏ ਸੀ ਮੇਰੇ ਕੋਲ ਹੁਣੇ, ਰਾਜਾ ਸਿੰਘ ਜੀ, ਅਤੇ ਗੁਰੂ ਕਿਰਪਾ ਕਰੇ ਆਓ, ਬੜਾ ਰਸਮੀਨਾ ਕੀਰਤਨ ਹੈ, ਜੀਵਨ ਵਾਲੇ ਗੁਰਮੁਖਾਂ ਦੇ ਕੋਲੋਂ ਕੀਰਤਨ ਸੁਣਨ ਦੇ ਨਾਲ ਪ੍ਰਭਾਵ ਪੈਂਦਾ,
सारिया संगतों मेरी बेनती है भी पहली बार जिथे आया है, मैं तो थोड़े को बहुत देर लंबे समय तो आना तो यह ना हो कथा तो बाद उठ के चले जाओ, मेरी बेनती है। तो मेरी तो मजबूरी होंगी है वो करके सत्संग जी है भी वह प्रेमी जिन्होंने टाइम दिता हो मैं उत्थे भी जाना है। संगतान बेनती आके बैठ के कीर्तन सरवण कर। हाँ जी जी पूरा कर। सतगुर की रिस होर कच पिच बोल दे से कूड़े आर कूड़े चढ़ पड़ी है ओना अंदर होर मुख होर है बिख माया नु चख मर दे कड़ी है। हे गोविंद हे गोपाल हे दयाल प्राण नाथ अनाथ सखे दीन दर्द निवार हे समर्थ अगम पूरन मोहे मया तार अंध कूप महापयान नानक पार आई प्रभु शरणागति कृपा नित दयाल एक अखर हर मन वस्त नानक होत निहाल। वाहिगुरु नाम जहार है चढ़े सो तेरे पार जो सरदा कर सेव दे पार उतार नहार जो सरदा कर सेव दे पार उतार नहार। सत्संग जी जेड़े विद्यार्थी भाई दोपहर के समय वेदांत पढ़न वास्ते आउंदे है उन्होंने बेनती है भी अज पहला दिन सी वेदांत दा इक अध्याय जिहड़ा होया है इहदे विच तुहानू औखा जरूर लग्या होगा ते जिहड़ा कुछ तुहानू औखा लग्या वह ब्रजिंदर सिंह की ड्यूटी है देर दा पढ़दा इत्थे मेरे कोल इहदे कोल मेरे कोल इन्ने टाइम हुंदा है भी वह जिन्ना है तुसीं सुनी चलो। जिस वेले ना पुराने समय च गड्डे दा पहले लीह बणदी हुंदी सी फिर जिन्ना मर्जी वजन पा लो फिर कहते चले लीह बन गई ये लीह बना रहे हैं जे मैं वेदांत सौखा जा नहीं है समझना पजल नहीं होना तुसी ए पी एच डी की पढ़ाई है जी कर लगे हो जिन्हें भी 25-30 विद्यार्थी हो ये थोड़ा जा जिगरा रख के पढ़े हो जे हम शुरू कराया गुरु कृपा करे इन ध्यान समझना। वाहिगुरु जी का खालसा वाहिगुरु जी।